ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਲਾਵਲਪੁਰ ਵੱਲੋਂ ਪਹਿਲਾ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿੱਚ ਨੌਰਥ ਇੰਡੀਆ ਫੈਡਰੇਸ਼ਨ ਦੀਆਂ 8 ਅਕੈਡਮੀਆਂ ਦੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਪੂਰਾ ਦਿਨ ਚੱਲਣ ਵਾਲੇ ਵੈਸੇ ਤਾਂ ਸਾਰੇ ਮੈਚ ਹੀ ਫਸਵੇਂ ਸਨ, ਪਰ ਸੈਮੀਫਾਈਨਲ ਮੈਚ ਸਰਹਾਲਾ ਰਣੂਆ ਅਤੇ ਰਾਇਲ ਕਿੰਗ USA ਦੀਆਂ ਟੀਮਾਂ ਦੇ ਵਿਚਕਾਰ ਹੋਇਆ। ਇਹ ਮੈਚ ਬੇਹੱਦ ਹੀ ਸ਼ਾਨਦਾਰ ਅਤੇ ਦੇਖਣਯੋਗ ਸੀ, ਜਿਸ ਨੂੰ ਵੇਖਣ ਲਈ ਦਰਸ਼ਕਾਂ ਦਾ ਭਾਰੀ ਹਜੂਮ ਇਕੱਠਾ ਹੋਇਆ। ਫਾਈਨਲ ਮੈਚ ਸੁਰਖਪੁਰ ਅਤੇ ਰਾਇਲ ਕਿੰਗ USA ਦੇ ਵਿਚਕਾਰ ਸੀ, ਜਿਸ ਵਿੱਚ ਸੁਰਖਪੁਰ ਨੇ ਰਾਇਲ ਕਿੰਗ USA ਨੂੰ ਹਰਾ ਕੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ। ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਸੁਰਖਪੁਰ ਨੂੰ 1.5 ਲੱਖ ਰੁਪਏ ਦਾ ਇਨਾਮ ਅਤੇ ਦੂਜੇ ਨੰਬਰ 'ਤੇ ਆਉਣ ਵਾਲੀ ਟੀਮ ਰਾਇਲ ਕਿੰਗ USA ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਕਬੱਡੀ ਕੱਪ ਦੇ ਬੈਸਟ ਰੇਡਰ ਰਾਇਲ ਕਿੰਗ USA ਦੇ ਨਾਟ ਝੂਟ ਰਹੇ। ਇਸ ਕਬੱਡੀ ਕੱਪ ਦੇ ਬੈਸਟ ਜਾਫੀ ਕਦੂ ਰਸੂਲਪੁਰ, ਲੱਬਾ ਵਿੱਕੀ, ਸ਼ੇਖ ਦੌਲਤ ਜੁਆਇੰਟ ਰਹੇ। ਇਸ ਕਬੱਡੀ ਕੱਪ 'ਤੇ ਤਜਿੰਦਰ ਸਿੰਘ ਨਿੱਜਰ ਪ੍ਰਧਾਨ ਯੂਥ ਅਕਾਲੀ ਦਲ ਜਲੰਧਰ ਦਿਹਾਤੀ ਅਤੇ ਸੰਨੀ ਢਿੱਲੋਂ ਪ੍ਰਧਾਨ ਯੂਥ ਅਕਾਲੀ ਦਲ ਆਦਮਪੁਰ ਦੇ ਸੱਦੇ 'ਤੇ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਮ ਨੂੰ ਵਿਕਰਮਜੀਤ ਸਿੰਘ ਮਜੀਠੀਆ ਵਿਸ਼ੇਸ਼ ਤੌਰ 'ਤੇ ਪੁੱਜੇ। ਅਲਾਵਲਪੁਰ ਕਬੱਡੀ ਕੱਪ ਖਤਮ ਹੋਣ ਤੋਂ ਬਾਅਦ ਖੁਸ਼ੀ ਦੇ ਵਿੱਚ ਕਰਨ ਔਜਲਾ ਦਾ ਖੁੱਲ੍ਹਾ ਅਖਾੜਾ ਚੱਲਿਆ, ਜਿਸ ਨੂੰ ਵੇਖਣ ਲਈ ਦਰਸ਼ਕ ਕਾਫ਼ੀ ਗਿਣਤੀ ਦੇ ਵਿੱਚ ਇਕੱਠੇ ਹੋਏ। ਇਸ ਤਰ੍ਹਾਂ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਅਲਾਵਲਪੁਰ ਦਾ ਪਹਿਲਾ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਜਲੰਧਰ ਤੋਂ ਪਰਮਜੀਤ ਪੰਮਾ ਦੇ ਨਾਲ ਕੈਮਰਾਮੈਨ ਰਾਜਵੀਰ ਸਿੰਘ ਦੀ ਸਪੈਸ਼ਲ ਰਿਪੋਰਟ TVNRI ਸਪੋਰਟਸ ਦੇ ਲਈ।